ਹੁਣ ਅੱਜ ਆਪਾਂ ਨਾ ਬੈਕਅਪ ਦਾ ਲੈਸਨ ਦੀ ਵੀਡੀਓ ਬਣਾਵਾਂਗੇ। ਇੱਦਾਂ ਆਪਣੀਆਂ ਕੋਨਸ ਹੁੰਦੀਆਂ ਨੇ ਐਗਜ਼ਾਮ 'ਚ ਅਤੇ 11 ਫੁੱਟ ਇਹਨਾਂ 'ਚ ਆਪਸ 'ਚ ਹੁੰਦਾ ਗੈਪ, ਅਤੇ ਜੇ ਇੱਧਰ ਨੂੰ ਦੇਖੀਏ ਵੀ ਇੱਧਰੋਂ ਦੇਖੀਏ ਗੈਪ ਕਿੰਨਾ ਹੁੰਦਾ, 19-19 ਫੁੱਟ ਹੁੰਦਾ, 19 ਪਹਿਲੀ ਦੋ 'ਚ, ਆਖਰੀ ਦੋ 'ਚ 19। ਠੀਕ ਹੈ, ਇੱਕੋ ਮਿਡਲ 'ਚ ਕੋਨ ਵੀ ਪਈ ਹੁੰਦੀ ਆ ਆਪਣੇ ਸੈਂਡ, ਜਿੱਦਾਂ ਪਿੱਛੇ ਵਾਲੀਆਂ ਜਿਹੜੀਆਂ ਦੋ ਕੋਨਾਂ ਨੇ ਉਹਨਾਂ ਦੇ ਵਿਚਕਾਰ ਵੀ, ਅਤੇ ਇੱਧਰੋਂ ਇੱਦਾਂ ਆਪਣਾ ਟਰੱਕ ਖੜ੍ਹਾ ਹੁੰਦਾ। ਠੀਕ ਆ, ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਪਰਪੈਂਡੀਕੂਲਰ। ਅਤੇ ਆਹ ਜਿਹੜਾ ਗੈਪ ਆ ਹੈ ਨਾ, ਇਹ ਗੈਪ ਤੁਸੀਂ 8 ਤੋਂ 10 ਫੁੱਟ ਰੱਖੋ ਤਾਂ ਵਧੀਆ, ਕਿਉਂਕਿ ਇਹ ਨਹੀਂ ਕਿ ਜ਼ਿਆਦਾ ਗੈਪ ਤੋਂ ਬੈਕ ਨਹੀਂ ਲੱਗਦੀ ਜਾਂ ਨੇੜਿਓਂ ਨਹੀਂ ਲੱਗਦੀ। ਜ਼ਿਆਦਾ ਗੈਪ ਜੇ ਹੋਊਗਾ ਤਾਂ ਜਦੋਂ ਆਪਣੇ ਟਰੱਕ ਨੇ ਬੈਕ ਲੱਗਣ ਲਈ ਇਹਦੇ 'ਚ ਸਿੱਧਾ ਹੋਣਾ ਕੋਨਾ 'ਚ, ਅਤੇ ਉਦੋਂ ਆ ਅੱਗੇ ਇੱਕ ਕੋਨ ਪਈ ਹੁੰਦੀ ਆ, ਇਹਨੂੰ ਟੱਚ ਹੋਣ ਦਾ ਖਤਰਾ। ਜੇ ਇਹਨੂੰ ਆਪਾਂ ਟੱਚ ਕਰਦੇ ਹਾਂ ਤਾਂ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਫੇਲ ਹੋ ਗਏ, ਪਰ ਜਦੋਂ ਆਪਾਂ ਇਹਨੂੰ ਫਰੰਟ ਕੋਨ ਨੂੰ ਟੱਚ ਕਰ ਦਿੰਦੇ ਹਾਂ ਤਾਂ ਆਪਾਂ ਨੂੰ ਰੀਸਟਾਰਟ ਕਰਨ ਨੂੰ ਕਹਿ ਦਿੰਦੇ ਆ ਬੈਕ, ਮਤਲਬ ਕਿ 10 ਮਿੰਟ ਹੁੰਦੇ ਆ ਬੈਕ ਲਾਉਣ ਨੂੰ ਆਪਾਂ ਨੂੰ ਟੋਟਲ ਐਗਜ਼ਾਮ 'ਚ। ਜੇ ਤੁਸੀਂ 5ਵੇਂ ਮਿੰਟ 'ਤੇ ਅਗਲੀ ਕੋਨ ਟੱਚ ਕਰਤੀ ਫਰੰਟ ਵਾਲੀ ਤਾਂ ਤੁਹਾਨੂੰ 5 ਮਿੰਟ ਹੀ ਵੱਜ ਜਾਂਦੇ ਆ ਫਿਰ ਰੀਸੈਟ ਕਰਕੇ ਲਾਉਣ ਨੂੰ, ਤਾਂ ਫਿਰ ਉਹ ਬਹੁਤ ਜਿਹੜੇ ਲਰਨਰ ਨੇ, ਸਟੂਡੈਂਟ ਨੇ, ਬਿਗਨਰ ਆ, ਉਹਨਾਂ ਲਈ ਔਖਾ ਹੋ ਜਾਂਦਾ। ਅਤੇ ਹੁਣ ਇਹਦੇ 'ਚ ਪਹਿਲਾ ਆਹ ਤਾਂ ਤੁਹਾਨੂੰ ਦੱਸਤਾ ਓਵਰਵਿਊ ਵੀ ਕਿੱਦਾਂ ਕਿੱਦਾਂ ਹੈ ਨਾ, ਤਾਂ ਟਰੱਕ ਮੋਸਟਲੀ ਉਹ ਪਾਰਕ ਕਰਵਾ ਦਿੰਦੇ ਆ ਤੁਹਾਡਾ। ਅਤੇ ਇਹਦੇ 'ਚ ਆਪਣਾ ਪਹਿਲਾ ਸਟੈਪ ਆ ਜਿਹੜਾ ਆਪਾਂ ਕਰਨਾ, ਹੁਣ ਮੈਂ ਨਾਲ ਨਾਲ ਦੱਸੂੰਗਾ, ਮੁੰਡਾ ਕਰੂੰਗਾ। ਜਿਹੜੇ ਦੇਖੋ ਇਹ ਇੱਕ ਕੈਲਕੂਲੇਸ਼ਨ ਆਪਾਂ ਬੈਕਅਪ ਕਰਨ ਲੱਗੇ ਹਾਂ, ਅਤੇ ਇਹ ਮਤਲਬ ਤੁਹਾਨੂੰ ਸਿਰਫ ਐਗਜ਼ਾਮ 'ਚ ਹੈਲਪ ਕਰੂਗੀ ਹੈ ਨਾ। ਅਤੇ ਜਿੱਦਾਂ ਆਹ ਕੋਨਸ ਪਈਆਂ ਨੇ, ਜੇ ਆਪਾਂ ਇੱਧਰੋਂ ਦੇਖੀਏ, ਜਿੱਦਾਂ ਆਹ ਟਰੱਕ ਖੜ੍ਹਾ ਆਪਣਾ ਇੱਧਰ ਹੈ ਨਾ, ਅਤੇ ਇੱਧਰੋਂ ਆਪਾਂ ਦੇਖੀਏ ਆਹ ਆਪਣੀਆਂ ਦੋ ਕੋਨ ਪਈਆਂ ਨੇ। ਅਤੇ ਇਹ ਜਿਹੜਾ ਹੁਣ ਆਪਾਂ ਕੈਲਕੂਲੇਸ਼ਨ ਦੱਸਣ ਲੱਗੇ ਹਾਂ, ਇੱਕ ਸਿਰਫ ਤੁਹਾਨੂੰ ਨਾ ਐਗਜ਼ਾਮ 'ਚ ਹੈਲਪ ਕਰਨ ਲਈ ਕਿ ਹਾਂ, ਕਿਉਂਕਿ ਸ਼ੋਰਟ ਟਰਮ 'ਚ ਆਪਣੇ ਕੋਲ ਇੰਨਾ ਥੋੜ੍ਹੇ ਟਾਈਮ 'ਚ ਸਿੱਖਣਾ ਨਾ ਔਖਾ ਵਾ, ਪ੍ਰੋਪਰ ਇੰਨੀ ਪ੍ਰੈਕਟਿਸ ਨਹੀਂ ਮਿਲਦੀ, ਸਕੂਲ 'ਚ ਸਟੂਡੈਂਟ ਜ਼ਿਆਦਾ ਹੁੰਦੇ ਆ, ਤਾਂ ਆਹ ਇੱਕ ਸੌਖਾ ਜਿਹਾ ਤਰੀਕਾ ਅਸੀਂ ਅਪਲੋਡ ਕਰਨ ਲੱਗੇ ਹਾਂ ਵੀਡੀਓ ਦੇ ਰਾਹੀਂ। ਅਤੇ ਜਿੱਦਾਂ ਫਰੰਟ ਦੋ ਕੋਨ ਆ, ਉਹ ਵਿੱਚ ਮਿਡਲ ਵਾਲੇ ਐਂਡ ਵਾਲੇ, ਤਾਂ ਜਿਹੜੇ ਫਰੰਟ ਦੋ ਕੋਨ ਆ ਨਾ, ਇੱਥੋਂ ਤੁਸੀਂ 5 ਫੁੱਟ 'ਤੇ ਟ੍ਰੇਲਰ ਦੀ ਟੇਲ ਰੱਖਣੀ ਆ, ਇਹਦੇ ਤੋਂ 5 ਫੁੱਟ 'ਤੇ। ਹੁਣ 5 ਫੁੱਟ ਆਪਾਂ ਕਿੱਦਾਂ ਮਿਲਣਾ, ਆਹ ਦੇਖੋ, ਹੁਣ ਮੈਂ ਪਹਿਲਾ ਪੈਰ ਲਾ ਲਿਆ ਆਪਣਾ 1 ਫੁੱਟ, ਦੂਜਾ ਇਹਦੇ ਅੱਗੇ 2 ਫੁੱਟ, ਆਹ 3 ਫੁੱਟ, ਅਤੇ ਆਹ 4, ਅਤੇ ਆਹ 5, ਮਤਲਬ 5 ਕਰਕੇ ਜੇ ਆਪਾਂ ਦੇਖੀਏ ਇੱਥੇ ਕ ਆ ਗਿਆ, ਮਤਲਬ ਆਪਣੀ ਜਿਹੜੀ ਟ੍ਰੇਲਰ ਦੀ ਟੇਲ ਆ ਉਹ ਮੇਰੇ ਆ ਪੈਰ ਦੀ ਸੇਧ ਨੂੰ ਹੋਣੀ ਚਾਹੀਦੀ ਆ, ਹੈ ਨਾ। ਅਤੇ ਇੱਥੋਂ ਫਿਰ ਹੁਣ ਤੁਸੀਂ ਆਪਣਾ ਅੰਦਾਜ਼ਾ ਲਾਉਣਾ ਜਿਹੜੀ ਟ੍ਰੇਲਰ ਦੀ ਟੇਲ ਆ ਵੀ ਉੱਥੇ ਲੈ ਕੇ, ਜਿੱਦਾਂ ਹੁਣ ਆ ਕਿ ਇਹ ਬਹੁਤ ਪਿੱਛੇ ਆ, ਮੇਰਾ ਪੈਰ ਹੈਗਾ ਸਾਹਮਣੇ ਟਾਇਰ ਨੂੰ, ਅਤੇ ਹੁਣ ਆ ਮੁੰਡਾ ਅੰਦਰ ਬੈਠਣ ਲੱਗਿਆ, ਇਹ ਅੱਗੇ ਕਰੂੰਗਾ, ਮੈਂ ਤੋਂ ਕਰਵਾਉਣਾ ਅੱਗੇ, ਅਤੇ ਉਸ ਤੋਂ ਬਾਅਦ ਸੈਕਿੰਡ ਸਟੈਪ, ਮਤਲਬ ਪਹਿਲਾ ਸਟੈਪ ਤੁਹਾਡਾ ਇਹੀ ਆ ਕਿ ਜਿਹੜਾ ਤੁਸੀਂ ਟਰੈਕਟਰ ਪਾਰਕ ਕਰਨਾ ਆਪਣਾ ਟਰੈਕਟਰ ਟ੍ਰੇਲਰ, ਤਾਂ ਉਹਦੀ ਜਿਹੜੀ ਟੇਲ ਆ, ਟੇਲ ਹੋਣੀ ਚਾਹੀਦੀ ਹੈ, ਟੇਲ ਮੈਂ ਦੱਸਣ ਲੱਗਿਆ ਉਹ ਕੋਨ ਤੋਂ 5 ਫੁੱਟ 'ਤੇ ਟੇਲ ਹੁੰਦੀ ਆ ਆਪਣੀ, ਆ ਵੀ ਆਹ ਜਿਹੜਾ ਆਹ ਚੀਜ਼ ਆ ਆਪਣੀ ਰਾਈਟ, ਇਹ 5 ਫੁੱਟ 'ਤੇ ਹੋਣੀ ਚਾਹੀਦੀ ਆ। ਹੁਣ ਆ ਮੁੰਡਾ ਅੰਦਰ ਚੱਲਿਆ, ਇਹ ਅੱਗੇ ਟ੍ਰੇਲਰ ਆਪਣੇ ਟਰੈਕਟਰ ਨੂੰ ਪੁੱਲ ਕਰਨ ਲੱਗਿਆ ਤਾਂ ਕਿ ਜਿਹੜੀ ਇਹਦੀ ਟੇਲ ਆ 5 ਫੁੱਟ 'ਤੇ ਆ ਜੇ, ਹੈ ਨਾ। ਜਦੋਂ 5 ਫੁੱਟ 'ਤੇ ਆ ਗਈ ਫਿਰ ਮੈਂ ਤੁਹਾਨੂੰ ਨੈਕਸਟ ਸਟੈਪ ਦੱਸੂ, ਮਤਲਬ ਪਹਿਲਾ ਸਟੈਪ ਤੁਹਾਡਾ ਇਹੀ ਆ, ਜਦੋਂ ਤੁਹਾਨੂੰ ਐਗਜ਼ਾਮੀਨਰ ਨੇ ਟਰੈਕਟਰ ਟ੍ਰੇਲਰ ਇੱਦਾਂ ਪਾਰਕ ਕਰਵਾਤਾ ਕਿ ਤੁਹਾਡੀ ਟੇਲ ਕਿੱਥੇ ਪਾਰਕ ਹੋਵੇ, 5 ਫੁੱਟ। ਹੁਣ ਆ ਇੱਥੇ 5 ਫੁੱਟ 'ਤੇ ਕੋਨ ਤੋਂ 5 ਫੁੱਟ 'ਤੇ ਪੂਰੀ ਟ੍ਰੇਲਰ ਦੀ ਟੇਲ ਤੁਸੀਂ ਦੇਖ ਸਕਦੇ ਹੋ ਪਾਰਕ ਹੋ ਗਈ ਆ। ਇਹ ਆ ਪਹਿਲਾ ਸਟੈਪ ਕਿ ਆਪਣਾ ਜਿਹੜੀ ਜਿੱਦਾਂ ਹੁਣ ਆ ਦੇਖੋ ਆਹ ਕੋਨਸ ਲੱਗੀਆਂ ਹੋਈਆਂ ਨੇ, ਫਰੰਟ 2 ਨੇ, ਜੇ ਆਪਾਂ ਪਿੱਛੋਂ ਦਿਖਾਵਾਂ ਮੈਂ ਤੁਹਾਨੂੰ, ਹੋਲਡ ਆਨ, ਆਹ ਦੇਖੋ ਇੱਦਾਂ ਕੋਨਸ ਨੇ, ਜਦੋਂ ਆਪਾਂ ਦੇਖੀਏ ਆਹ ਤੁਹਾਡੀਆਂ ਕੋਨ ਨੇ, ਹੈ ਨਾ, ਅਤੇ ਉਹ ਟ੍ਰੇਲਰ ਹੁਣ ਤੁਹਾਡੀ ਉਹ ਪਹਿਲੀ ਕੋਨ ਤੋਂ ਜਿਹੜਾ ਟ੍ਰੇਲਰ ਅੱਗੇ ਖੜ੍ਹਾ ਟੇਲ ਉਹਦੀ 5 ਫੁੱਟ ਆ, ਅਤੇ 5 ਫੁੱਟ ਹੋਣੀ ਚਾਹੀਦੀ, ਇਹ ਤੁਹਾਡਾ ਪਹਿਲਾ ਸਟੈਪ ਆ। ਦੂਜਾ ਸਟੈਪ ਹੈਗਾ ਤੁਸੀਂ ਰਾਈਟ ਕਰਕੇ 90 ਦਾ ਐਂਗਲ ਬਣਾਉਣਾ, ਜਿਹੜਾ ਕਿ ਹੁਣ ਮੁੰਡਾ ਬਣਾਊਗਾ, ਉਹ ਦੇਖੋ ਉਹਨੇ ਰਾਈਟ ਕਰਤਾ ਅਤੇ ਆ 90 ਦਾ ਐਂਗਲ ਬਣਾ ਰਿਹਾ, ਹੁਣ ਇਹਦੇ 'ਚ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਨੂੰ ਕਿੱਦਾਂ ਪਤਾ ਲੱਗੂਗਾ, ਦੇਖੋ ਐਂਗਲ ਬਣ ਰਿਹਾ ਕਿ ਇਹ 90 ਦਾ ਬਣਿਆ ਕਿ ਨਹੀਂ, ਇਹ ਹੁਣੇ ਮੈਂ ਤੁਹਾਨੂੰ ਦੱਸਦਾ। ਹੁਣ ਆਹ ਮੁੰਡੇ ਨੇ 90 ਦਾ ਐਂਗਲ ਬਣਾਤਾ ਨਾ, ਹੁਣ ਤੁਹਾਨੂੰ ਕਿੱਦਾਂ ਪਤਾ ਲੱਗੂਗੀ ਇਹ ਯਾਰ 90 ਦਾ ਹੈਗਾ ਕਿ ਨਹੀਂ, ਤੁਸੀਂ ਟਰੈਕਟਰ ਦੀ ਇੱਧਰਲੀ ਸਾਈਡ ਜਾਣਾ ਜਿੱਧਰ ਟਾਇਰ ਨੇ,
ਇੱਧਰ ਜਾ ਕੇ ਤੁਸੀਂ ਇਹ ਦੇਖਣਾ ਜਿਹੜੀ ਆ ਟ੍ਰੇਲਰ ਦੀ ਫਰੰਟ ਵਾਲ ਆ ਹੈ ਨਾ, ਜਿੱਦਾਂ ਫਰੰਟ ਵਾਲ ਆ ਇਹਨੂੰ ਕਹਿੰਦੇ ਆ, ਆਹ ਫਰੰਟ ਵਾਲ ਆ ਵੀ ਜਿਹੜੇ ਤੁਹਾਡੇ ਦੋਨੇ ਆਹ ਜਿਹੜੇ ਟਾਇਰ ਆ ਤੁਹਾਡੇ ਬਰਾਬਰ ਬਾਹਰ ਹੋਣੇ ਚਾਹੀਦੇ ਆ। ਜੇ ਤੁਹਾਡੇ ਬਾਹਰ ਨਹੀਂ ਹੈਗੇ, ਮਤਲਬ ਕਿ ਇਕੁਅਲ ਬਾਹਰ ਨਹੀਂ, ਜਾਂ ਮੰਨ ਲਓ ਅਗਲਾ ਟਾਇਰ ਅੰਦਰ ਆ ਜਾਂ ਪਿਛਲਾ ਅੰਦਰ ਆ, ਮੈਂ ਤੁਹਾਨੂੰ ਹੁਣੇ ਉਹਨੂੰ ਮੁੰਡੇ ਨੂੰ ਕਹਿਣਾ ਅੱਗੇ ਪਿੱਛੇ ਕਰਦਾ, ਤੁਹਾਨੂੰ ਪਤਾ ਲੱਗ ਜੂਗਾ ਵੀ ਟਾਇਰ ਕਿੱਦਾਂ ਹੁੰਦੇ ਆ ਨਾ। ਅੱਗੇ ਪਿੱਛੇ ਕਰਿਓ, ਆਹ ਦੇਖੋ ਤੁਸੀਂ ਟਾਇਰ ਨੇ ਜਿਹੜੇ, ਦੇਖੋ ਉਹਨੇ ਅੱਗੇ ਕਰਦਾ ਮੁੰਡਾ, ਆਹ ਦੇਖੋ, ਆਹ ਦੇਖੋ ਅੱਗੇ ਕਰਦਾ, ਆਹ ਦੇਖਿਓ ਤੁਸੀਂ ਟਾਇਰ ਕਿੱਦਾਂ ਬਾਹਰ ਜਾਊਗਾ। ਆਹ ਦੇਖੋ ਅਨਇਕੁਅਲ ਹੋ ਗਏ, ਤਾਂ ਇਹਦਾ ਮਤਲਬ ਐਂਗਲ 90 ਨਹੀਂ ਆ। ਆਹ ਦੇਖੋ ਅਨਇਕੁਅਲ ਹੋ ਗਏ ਨਾ, 90 ਕਦੋਂ ਹੋਊ ਜਦੋਂ ਇਕੁਅਲੀ ਬਾਹਰ ਹੋਣਗੇ। ਹੁਣ ਮੈਂ ਤਾਂ ਪਿੱਛੇ ਕਰਵਾਉਣਾ ਦੁਬਾਰਾ, ਆਹ ਦੇਖੋ ਹੁਣ ਮੈਂ ਪਿੱਛੇ ਕਰਵਾਉਣਾ, ਆਹ ਦੇਖੋ ਹੁਣ ਪਿੱਛੇ ਐਂਗਲ ਤੁਹਾਨੂੰ ਪਤਾ ਲੱਗੂ ਕਿੱਦਾਂ ਇਕੁਅਲ ਹੁੰਦੇ ਆ। ਆਹ ਦੇਖੋ ਹੁਣ ਲੱਗ ਗਏ ਨਾ ਵਾਲ ਨੂੰ, ਜਿੱਥੇ ਇਕੁਅਲ ਹੋ ਗਏ ਇਹ ਤੁਸੀਂ 90, ਆਹ ਦੇਖੋ ਹੁਣ ਇੱਧਰ ਨੂੰ ਜ਼ਿਆਦਾ ਹੋ ਗਿਆ, ਤਾਂ ਇਹ ਦੋਨੇ ਕੇਸ ਗਲਤ ਆ, ਮਤਲਬ ਦੋਨੇ ਇਕੁਅਲ ਬਾਹਰ ਹੋਣੇ ਚਾਹੀਦੇ ਆ, ਠੀਕ ਹੈ ਜੀ। ਸੋ ਹੁਣ ਆਹ ਮੁੰਡੇ ਨੇ ਫਿਕਸ ਕੀਤਾ, ਤੁਸੀਂ ਦੇਖ ਸਕਦੇ ਹੋ ਕਿ ਆਪਣੇ ਆ ਦੋਨੇ ਟਾਇਰ ਆ ਜਿਹੜੇ ਬਰਾਬਰ ਨੂੰ ਬਾਹਰ ਨੇ, ਤਾਂ ਆਪਣੀ ਇੱਕੋ ਹੀ ਇੱਕ ਨਿਸ਼ਾਨੀ ਹੈ ਜਿਹੜਾ ਮਰਜ਼ੀ ਟਰੈਕਟਰ ਹੋਵੇ ਕਿ ਆ ਟਾਇਰ ਇੱਕੋ ਹੀ ਤੁਹਾਡੇ ਬਾਹਰ ਹੋਣੇ ਚਾਹੀਦੇ ਆ। ਤਾਂ ਹੁਣ ਮੈਂ ਤੁਹਾਨੂੰ ਦੱਸਿਆ, ਆਹ ਹੁਣ ਇੱਕੋ ਇੱਕ ਨਿਸ਼ਾਨੀ ਹੈ ਕਿ ਆਪਣੇ ਹੈ ਨਾ ਦੋਨੇ ਆਪਣਾ 90 ਦਾ ਐਂਗਲ ਕਿੱਦਾਂ ਪਤਾ ਲੱਗੂਗਾ, ਆਹੀ ਟਾਇਰ ਆਪਣੇ ਇੱਕੋ ਹੀ ਬਾਹਰ ਹੋਣੇ ਚਾਹੀਦੇ ਆ। ਤਾਂ ਹੁਣ ਮੈਂ ਤੁਹਾਨੂੰ ਪਹਿਲਾਂ ਹੀ ਦੱਸ, ਹੁਣ ਜੇ 90 'ਚ ਤੁਹਾਡਾ ਟਰੈਕਟਰ ਟ੍ਰੇਲਰ ਇੱਦਾਂ ਖੜਾ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਪਹਿਲਾ ਸਟੈਪ ਹੈਗਾ ਆਪਣਾ ਕੋਨ ਤੋਂ 5 ਫੁੱਟ, ਅਤੇ ਦੂਜਾ ਸਟੈਪ ਹੈਗਾ ਆਪਣਾ 90। ਹੁਣ ਦੋਨੇ ਸਟੈਪ ਡਨ ਹੋ ਗਏ, ਤੀਜਾ ਸਟੈਪ ਇਹ ਹੈਗਾ ਕਿ ਤੁਸੀਂ ਆਲ ਦਾ ਵੇ ਲੈਫਟ ਕਰ ਦੇਣਾ। ਤੀਜਾ ਸਟੈਪ ਆਪਣਾ ਇਹ ਹੈ ਕਿ ਤੁਸੀਂ ਆਲ ਦਾ ਵੇ ਕੀ ਕਰ ਦੇਣਾ, ਲੈਫਟ। ਹੁਣ ਜਦੋਂ ਤੁਸੀਂ ਲੈਫਟ ਕਰੋਗੇ, ਜਦੋਂ ਹੁਣ ਤੁਸੀਂ ਲੈਫਟ ਕੀਤਾ, ਹੁਣ ਤੁਸੀਂ ਤੋਰੋਗੇ, ਦੇਖੋ 90 ਤੋਂ ਐਂਗਲ ਘਟਣਾ ਸ਼ੁਰੂ ਹੋ ਜੂਗਾ। ਜਦੋਂ ਹਾਈ ਐਂਗਲ ਤੋਂ ਤੁਸੀਂ ਲੋਅ ਐਂਗਲ ਨੂੰ ਜਾਓਗੇ, ਮਤਲਬ ਹੌਲੀ ਹੌਲੀ ਐਂਗਲ ਖੁੱਲ੍ਹਣ ਲੱਗ ਜੂ, ਤਾਂ ਜਿਹੜੇ ਪਿਛਲੇ ਟਾਇਰਾਂ ਦੀਆਂ ਨੇ ਇਹਨਾਂ ਦੀਆਂ ਤਿੰਨ ਪੁਜੀਸ਼ਨਾਂ ਬਣਦੀਆਂ ਨੇ। ਪਹਿਲੀ ਪੁਜੀਸ਼ਨ ਬਣੂਗੀ ਟ੍ਰੇਲਰ, ਤੁਹਾਡਾ ਟਾਇਰ ਅੱਗੇ ਨੂੰ ਰੋਲ ਹੋਣਗੇ। ਫਿਰ ਜਦੋਂ ਹੋਰ ਐਂਗਲ ਖੁੱਲ੍ਹ ਜੂਗਾ, ਫਿਰ ਜਿਹੜੇ ਆ ਪਿਛਲੇ ਟਾਇਰ ਆ ਤੁਹਾਡੇ ਸਕਿੱਡ ਕਰਨਗੇ, ਮਤਲਬ ਉੱਥੇ ਘੁੰਮਣਗੇ। ਤੀਜੀ ਪੁਜੀਸ਼ਨ ਉਹ ਪਿੱਛੇ ਨੂੰ ਰੋਲ ਕਰਨਗੇ, ਆਪਾਂ ਲੈਫਟ ਕਰਕੇ ਉੱਨੀ ਦੇਰ ਪਿੱਛੇ ਨੂੰ ਆਉਣਾ ਜਿੰਨੀ ਦੇਰ ਤੱਕ ਟਾਇਰ ਨਹੀਂ ਪਿੱਛੇ ਰੋਲ ਹੁੰਦਾ। ਹੁਣ ਦੇਖਣ ਵਾਲਾ ਜੇ ਬੰਦਾ ਤੁਹਾਡੇ ਟ੍ਰੇਲਰ ਨੂੰ ਦੇਖੂਗਾ, ਉਹ ਕਹੂਗਾ ਯਾਰ ਇਹ ਤਾਂ ਬਹੁਤ ਪਿੱਛੇ ਚਲੇ ਗਿਆ, ਪਰ ਨਹੀਂ, ਜਦੋਂ ਤੁਸੀਂ ਉਹ 90 ਨੂੰ ਖੋਲੋਗੇ ਰੁੜ ਕੇ ਟਾਇਰ ਅੱਗੇ ਚੱਲ ਜਾਣਗੇ। ਹਾਂ ਹੁਣ ਮੁੰਡਾ ਕਰਦਾ, ਤੁਸੀਂ ਵਾਚ ਕਰਿਓ, ਹਾਂ ਤੁਸੀਂ ਟਾਇਰਾਂ ਦੀ ਪੁਜੀਸ਼ਨ ਦੇਖਿਓ, ਦੇਖੋ ਆਹ ਦੇਖੋ ਅੱਗੇ ਨੂੰ ਰੁਲਦੇ ਨੇ, ਰੋਲ ਹੁੰਦੇ ਨੇ, ਰੁੜਦੇ ਨੇ, ਹੈ ਨਾ। ਆਹ ਹੁਣ ਖੜ੍ਹ ਗਿਆ ਪਿੱਛੇ ਰੁੜੇ, ਜਿੱਦਾਂ ਹੀ ਪਿੱਛੇ ਰੁੜੇ ਟਾਇਰ ਉੱਦਾਂ ਹੀ ਬ੍ਰੇਕ ਆ। ਇੱਥੇ ਫਿਰ ਤੁਸੀਂ 1.5 ਤੋਂ 2 ਫੁੱਟ ਦਾ ਐਂਗਲ ਬਣਾਉਣਾ, ਠੀਕ ਆ। ਜਦੋਂ ਤੁਸੀਂ ਪਹਿਲੀ ਵਾਰ ਆਪਣਾ ਕੀ ਕਹਿੰਦੇ 90 ਨੂੰ ਖੋਲ੍ਹਿਆ, ਟਾਇਰ ਰੋਲ ਹੋਏ, ਫਿਰ ਤੁਸੀਂ 2 ਫੁੱਟ ਦਾ ਐਂਗਲ ਬਣਾਉਣਾ, ਮਤਲਬ ਰਾਈਟ ਕਰਕੇ, ਅਤੇ 2 ਫੁੱਟ ਮਤਲਬ ਟਰੈਕਟਰ ਨੂੰ ਪਿੱਛੇ ਤੋਰਨਾ, ਬਸ ਉਹਦੇ ਨਾਲ ਕੀ ਹੋਇਆ, ਹੁਣੇ ਤੁਹਾਡੇ ਟਾਇਰ ਆ ਜਿਹੜੇ ਚੱਲਣੇ ਸ਼ੁਰੂ ਹੋਏ ਸੀ। ਜਿੱਦਾਂ ਹੀ ਤੁਸੀਂ ਚੱਲਣੇ ਸ਼ੁਰੂ ਰੋਕਿਆ, ਰੋਕ ਕੇ ਦੁਬਾਰਾ ਤੁਸੀਂ 2 ਫੁੱਟ ਦਾ ਐਂਗਲ ਬਣਾਇਆ, ਤਾਂ ਉਹਦੇ ਨਾਲ ਕੀ ਹੋਊਗਾ, ਟਾਇਰ ਤੁਹਾਡੇ ਇੱਥੇ ਸਕਿੱਡ ਕਰਨਗੇ। ਜਿਹੜੀ ਆ ਤੁਹਾਡੀ ਟੇਲ ਬਾਹਰ ਆ, ਇਹ ਆ ਕੋਨਾਂ ਦੇ ਅੰਦਰ ਆਉਣੀ ਸ਼ੁਰੂ ਹੋ ਜੂਗੀ। ਹੁਣ ਲੈਫਟ ਕਰਕੇ ਆਪਾਂ ਦੁਬਾਰਾ ਫਿਰ ਐਂਗਲ ਖੋਲ੍ਹਾਂਗੇ, ਫਿਰ ਜਦੋਂ ਟਾਇਰ ਚੱਲਣਗੇ ਫਿਰ ਰੁਕਾਂਗੇ। ਹੁਣ ਉਦੋਂ ਹੀ ਰੁਕਣਾ ਜਦੋਂ ਟਾਇਰ ਦੁਬਾਰਾ ਫਿਰ ਚੱਲੇ ਪਿੱਛੇ ਨੂੰ। ਆਹ ਤੁਸੀਂ ਵਾਚ ਕਰੋ, ਦੇਖਿਓ ਸਕਿੱਡ ਹੋਣ ਲੱਗ ਜਾਣਗੇ ਟਾਇਰ, ਆਹ ਦੇਖੋ ਸਕਿੱਡ ਹੋ ਰਹੇ ਆ। ਜਦੋਂ ਪਿੱਛੇ ਨੂੰ ਰੁੜਨਗੇ ਉਦੋਂ ਰੁਕਣਾ। ਆਹ ਦੇਖੋ ਹੁਣ ਚੱਲਣ ਲੱਗ ਗਏ। ਹੁਣ ਜਦੋਂ ਤੁਸੀਂ ਦੁਬਾਰਾ ਐਂਗਲ ਦਿੱਤਾ, ਦੁਬਾਰਾ ਫਿਰ ਖੋਲ੍ਹਿਆ, ਹੁਣ ਟਾਇਰ ਚੱਲਣ ਲੱਗ ਗਏ, ਫਿਰ ਆਉਣਾ ਤੁਸੀਂ ਥੱਲੇ। ਥੱਲੇ ਆ ਕੇ ਤੁਸੀਂ ਕੀ ਦੇਖਣਾ, ਆਹ 2 ਕੋਨਾਂ ਨੇ। ਜੇ ਤਾਂ ਤੁਹਾਡੀ ਇੱਥੋਂ ਬਿਲਕੁਲ ਕੋਨ ਦੀ ਸੇਧ 'ਚ ਖੜ੍ਹੇ ਹੋ ਨਾ, ਜੇ ਤਾਂ ਤੁਹਾਡੀ ਆ ਟੇਲ ਹੈ ਨਾ ਅੰਦਰ ਆ, ਜਿੱਦਾਂ ਹੁਣ ਦੇਖੋ ਆਪਣੀ ਟੇਲ ਆ ਜਿਹੜੀ ਇੱਥੇ ਬਰਾਬਰ ਆ, ਜੇ ਤਾਂ ਅੰਦਰ ਆ ਤੁਹਾਡੀ ਆ ਕੋਨ ਤੋਂ ਟੇਲ,
ਤਾਂ ਤੁਸੀਂ ਆਹ ਜਿਹੜਾ ਐਂਗਲ ਹੈਗਾ ਲੈਫਟ ਕਰਕੇ ਆਉਂਦੇ ਨਾ ਟ੍ਰੇਲਰ ਅੰਦਰ ਆਜੂ। ਜੇ ਤੁਹਾਡੀ ਆ ਜਿਹੜੀ ਟੇਲ ਆ ਇਹਦੇ ਸਾਹਮਣੇ ਆ, ਜਿਵੇਂ ਕਿ ਹੁਣ ਆਪਣੀ ਬਿਲਕੁਲ ਸਾਹਮਣੇ ਆ, ਹੈ ਨਾ, ਜੇ ਸਾਹਮਣੇ ਆ ਜਾਂ ਬਾਹਰ ਆ ਤਾਂ ਹਲਕਾ ਜਿਹਾ ਡੇਢ ਕੁ ਫੁੱਟ ਦਾ ਐਂਗਲ ਫਿਰ ਦੇਣਾ। ਤਾਂ ਇੱਥੇ ਮੈਂ ਦੁਬਾਰਾ ਦੱਸਣ ਲੱਗਿਆ, ਇੱਥੇ ਤੁਸੀਂ ਐਂਗਲ ਜਿਹੜਾ ਦੇਣਾ, ਜੇ ਤਾਂ ਆਹ ਤੁਹਾਡੀ ਟੇਲ ਦਾ ਕੋਰਨਰ ਆ ਆ ਕੋਨ ਦੇ ਬਿਲਕੁਲ ਸਾਹਮਣੇ ਆ ਤਾਂ ਹਲਕਾ ਜਿਹਾ ਐਂਗਲ ਦੇਣਾ, ਜੇ ਬਾਹਰ ਆ ਤਾਂ ਦੇਣਾ, ਜੇ ਤੁਹਾਡਾ ਅੰਦਰ ਹੀ ਆ ਤਾਂ ਜਿਹੜੇ ਐਂਗਲ 'ਚ ਖੜ੍ਹਾ ਲੈਫਟ ਕਰਕੇ ਆਉਣ ਦੇਣਾ ਤਾਂ ਆਜੂਗਾ। ਇੱਥੇ ਆਪਾਂ ਨੂੰ ਹਲਕਾ ਜਿਹਾ ਐਂਗਲ ਦੇਣਾ ਪੈਣਾ। ਇੱਥੇ ਤੁਸੀਂ ਥੱਲੇ ਉੱਤਰ ਕੇ ਦੇਖਣਾ, ਮੈਂ ਦੁਬਾਰਾ ਤੁਹਾਡਾ ਸਟੈਪ ਰਿਪੀਟ ਕਰਨ ਲੱਗੇ ਹਾਂ। ਪਹਿਲਾ ਸਟੈਪ ਸੀ ਆਪਣਾ ਇੱਥੋਂ 5 ਫੁੱਟ, ਫਿਰ ਆਪਾਂ 90 ਬਣਾਇਆ, 90 ਬਣਾ ਕੇ ਆਪਾਂ ਡਬਲ ਚੈੱਕ ਕਰਨਾ ਕਿ ਉਹ 90 ਬਣ ਗਿਆ ਕਿ ਨਹੀਂ, ਅਤੇ ਉਸ ਤੋਂ ਬਾਅਦ ਫਿਰ ਲੈਫਟ ਕਰਕੇ ਖੋਲ ਦੇਣਾ ਉਦੋਂ ਤੱਕ ਆਉਣਾ ਜਦੋਂ ਤੱਕ ਆ ਪਿਛਲੇ ਟਾਇਰ ਆ ਜਿਹੜੇ ਰੋਲ ਨਹੀਂ ਹੁੰਦੇ ਪਿੱਛੇ ਨੂੰ, ਜਿੱਦਾਂ ਹੀ ਰੋਲ ਹੋਏ ਰੋਕ ਲਓ, ਫਿਰ ਡੇਢ ਕੁ ਫੁੱਟ ਦਾ ਐਂਗਲ ਬਣਾ ਦਿਉ, ਫਿਰ ਹਲਕਾ ਡੇਢ ਕੁ ਫੁੱਟ ਦਾ ਐਂਗਲ ਬਣਾ ਕੇ ਫਿਰ ਖੋਲ ਦਿਉ, ਫਿਰ ਰੋਲ ਹੋਣਗੇ, ਫਿਰ ਥੱਲੇ ਆਉਣਾ, ਫਿਰ ਆਹ ਸਿਚੁਏਸ਼ਨ ਹੋਊਗੀ। ਫਿਰ ਇੱਥੇ ਆਹੀ ਦੇਖਣਾ, ਜੇ ਬਾਹਰ ਆ ਜਾਂ ਸਾਹਮਣੇ ਆ ਤਾਂ ਡੇਢ ਕੁ ਫੁੱਟ ਦਾ, ਜੇ ਨਹੀਂ ਫਿਰ ਲੈਫਟ ਕਰਕੇ ਆਉਣ ਦੇਣਾ। ਹੁਣ ਇੱਥੇ ਹਲਕੇ ਜਿਹੇ ਐਂਗਲ ਦੀ ਲੋੜ ਪੈਣੀ ਆ ਆਪਾਂ ਨੂੰ, ਅਤੇ ਉਹ ਮੁੰਡੇ ਨੂੰ ਮੈਂ ਕਹਿੰਦਾ ਉਹ ਬਣਾਊਗਾ ਨਾ। ਆਹ ਹੁਣ ਮੁੰਡਾ ਬਣਾਉਣ ਲੱਗਿਆ, ਤੁਸੀਂ ਦੇਖ ਸਕਦੇ ਹੋ ਰਾਈਟ ਕਰਕੇ, ਬਸ ਇੰਨਾ ਕੀ ਆਹ ਬਣਾਤਾ। ਹੁਣ ਇਦੋਂ ਬਾਅਦ ਤੁਸੀਂ ਲੈਫਟ ਕਰ ਦੇਣਾ, ਤੁਹਾਡਾ ਟ੍ਰੇਲਰ ਆਪਣੇ ਆਪ ਅੰਦਰ ਆਜੂਗਾ। ਤਾਂ ਇੱਕ ਚੀਜ਼ ਆਪਾਂ ਇਹ ਨੋਟ ਕਰਨੀ ਹੈ, ਦੇਖੋ ਤੁਹਾਡੀ ਬੈਕ ਤਾਂ ਹੀ ਸਹੀ ਲੱਗੂਗੀ ਜੇ ਤੁਹਾਡੀ ਜਿਹੜੀ ਬੈਕ ਆ ਟ੍ਰੇਲਰ ਦੀ ਉਹ ਬਾਹਰੋਂ ਹੀ ਆਲਮੋਸਟ ਲਾਈਕ 90% ਆਪਾਂ ਕਹਿ ਸਕਦੇ ਹਾਂ, 90% ਤੁਹਾਡੀ ਬਾਹਰ ਹੀ ਸਿੱਧੀ ਹੋਣੀ ਚਾਹੀਦੀ ਹੈ। ਤਾਂ ਹੀ ਬਹਿ, ਹੁਣ ਦੇਖੋ ਆ ਰਿਹਾ, ਹੁਣ ਜਿੱਦਾਂ ਹੀ ਇਹ ਬਾਹਰ ਜਾਊਗਾ ਆਪਾਂ ਰੋਕ ਲੈਣਾ, ਕਿਉਂ ਕਿਉਂਕਿ ਕਿਹਦੇ ਕਰਕੇ ਜਾ ਰਿਹਾ, ਜਿਹੜਾ ਉਹ ਐਂਗਲ ਆ ਉਹ ਐਂਗਲ ਪਹਿਲਾਂ ਆਪਣੀ ਹੈਲਪ ਕਰ ਰਿਹਾ ਸੀ ਅੰਦਰ ਨੂੰ ਆਉਣ ਨੂੰ, ਹੁਣ ਕੀ ਕਰ ਰਿਹਾ ਪ੍ਰੋਬਲਮ, ਹੁਣ ਉਹਨੂੰ ਕਿੱਦਾਂ ਕਰੋਗੇ, ਰਾਈਟ ਕਰਕੇ ਅੱਗੇ ਤੋੜਾਂਗੇ, ਅਤੇ ਥੋੜ੍ਹਾ ਜਿਹਾ ਅੱਗੇ ਨੂੰ ਤੋੜੋ, ਅਗਲੀ ਕੋਨ ਦਾ ਵੀ ਆਪਾਂ ਧਿਆਨ ਰੱਖਣਾ, ਹੈ ਨਾ, ਅਤੇ ਆਹ ਥੋੜ੍ਹਾ ਟੇਢਾ ਹੋ ਗਿਆ, ਅਤੇ ਫਿਰ ਆਪਾਂ ਬਾਕੀ ਕਿੱਥੇ ਤੋੜਾਂਗੇ, ਲੈਫਟ। ਕਦੋਂ ਤੱਕ ਲੈਫਟ ਕਰਕੇ ਆਉਂਦੇ ਨਾ, ਜਦੋਂ ਤੱਕ ਤੁਹਾਡੀ ਜਿਹੜੀ ਆ ਵਾਲ ਆ ਕੋਨਾਂ ਦੇ ਪੈਰਲਰ ਨਹੀਂ ਹੁੰਦੀ, ਫਿਰ ਲੈਫਟ ਕਰਕੇ ਆਉਣਾ ਉਦੋਂ ਤੱਕ ਜਦੋਂ ਤੱਕ ਜਿਹੜੀ ਤੁਹਾਡੀ ਟ੍ਰੇਲਰ ਦੀ ਵਾਲ ਆ ਉਹ ਲੈਫਟ ਨਹੀਂ ਹੁੰਦੀ। ਹੁਣ ਆ ਰਹੇ ਆ, ਹੁਣ ਦੇਖੋ ਵਾਲ ਪੈਰਲਰ ਹੋ ਜੂਗੀ, ਲੈਫਟ ਆ ਰਹੀ ਆ, ਬਸ ਹੁਣ ਜ਼ਿਆਦਾ ਟੇਢਾ ਨਹੀਂ ਹੋਣ ਦੇਣਾ, ਫਿਰ ਉਹ ਐਂਗਲ ਤੁਹਾਨੂੰ ਦਿੱਕਤ ਦੇ ਰਿਹਾ, ਉਹਨੂੰ ਅੱਗੇ ਨੂੰ ਤੋੜੋ, ਹੈ ਨਾ, ਫਿਰ ਤੁਹਾਡਾ ਟ੍ਰੇਲਰ ਥੋੜ੍ਹਾ ਜਿਹਾ ਟੇਢਾ ਹੋਊਗਾ, ਜਿਹੜਾ ਟੇਢਾ ਹੋਇਆ, ਬਸ ਜਿਹੜਾ ਟੇਢਾ ਹੋਇਆ ਉਹਨੂੰ ਫਿਰ ਅੰਦਰ ਨੂੰ ਪੈਰਲਰ ਕਰਨ ਲਈ ਥੋੜ੍ਹਾ ਐਂਗਲ ਰੱਖ ਲਓ, ਫਿਰ ਉਹਨੂੰ ਲੈਫਟ ਕਰਕੇ ਪਿੱਛੇ ਨੂੰ ਤੋੜੋ। ਮਤਲਬ ਜੇ ਤਾਂ ਤੁਹਾਨੂੰ ਐਂਗਲ ਹੈਲਪ ਕਰ ਰਿਹਾ ਫਿਰ ਪਿੱਛੇ ਨੂੰ ਆ ਜਾਓ, ਜੇ ਉਹ ਪ੍ਰੋਬਲਮ ਦੇ ਰਿਹਾ ਫਿਰ ਉਹਨੂੰ ਅੱਗੇ ਨੂੰ ਤੋੜ ਲਓ, ਠੀਕ ਆ, ਅਤੇ ਟਰਾਈ ਕਰੋ ਕਿ ਐਨ ਸਿੱਧੇ ਹੁਣ ਦੇਖੋ, ਬਸ ਆ ਫਿਰ ਟੇਢਾ ਹੋਣ ਲੱਗਿਆ, ਫਿਰ ਉਹਨੂੰ ਅੱਧ ਮਾੜਾ ਟੇਢਾ, ਫਿਰ ਅੱਗੇ ਜਿਹੜਾ ਐਂਗਲ ਆ ਉਹਨੂੰ ਅੱਗੇ ਨੂੰ ਤੋੜ ਲੈਣਾ ਰਾਈਟ ਕਰਕੇ, ਠੀਕ ਆ, ਰਾਈਟ ਕਰਕੇ, ਅਤੇ ਹੁਣ ਸਿੱਧਾ ਹੋ ਗਿਆ, ਕੋਨਾਂ ਨੂੰ ਵੀ ਸਿੱਧਾ, ਆਪਸ 'ਚ ਵੀ ਸਿੱਧੇ ਨੇ, ਫਿਰ ਤੁਸੀਂ ਸਟ੍ਰੇਟ ਬੈਕ ਲਿਆ ਸਕਦੇ ਹੋ। ਤਾਂ ਇਹਦੇ 'ਚ ਮੇਨ ਚੀਜ਼ਾਂ ਇਹੀ ਨੇ, ਧਿਆਨ। ਹੁਣ ਇੱਥੇ ਰੋਕਣਾ ਕਿੱਥੇ ਹੁੰਦਾ ਨਾ, ਤਾਂ ਬੈਸਟ ਇਹੀ ਆ ਕਿ ਯਾਰ ਜਦੋਂ ਤੁਸੀਂ ਪਿੱਛੇ ਆਉਣੇ ਹੋ, ਜਦੋਂ ਤੁਹਾਡਾ ਲੈਂਡਿੰਗ ਗੇਅਰ ਪਹਿਲੀ ਕੋਨ ਦੇ ਬਰਾਬਰ ਆ ਗਿਆ, ਰੋਕ ਲਓ, ਫਿਰ ਉਦੋਂ ਬਾਅਦ ਪਿੱਛੇ ਆ ਜਾਓ, ਠੀਕ ਆ, ਪਿੱਛੇ ਆ ਕੇ ਉਰੇ ਆ ਜਿਹੜੀ ਪਿਛਲੀਆਂ ਕੋਨ ਨੇ, ਇੱਥੇ 3 ਕੋਨਾਂ ਹੁੰਦੀਆਂ ਨੇ, 0 ਤੋਂ 3 ਫੁੱਟ ਦੇ ਵਿੱਚ ਜਿੱਥੇ ਮਰਜ਼ੀ ਖੜ੍ਹਾ ਕਰ ਦਿਉ, ਅਤੇ ਕੋਈ ਪੁਆਇੰਟ ਨਹੀਂ ਹੈਗਾ, ਅਤੇ ਉਹ ਆ ਕੇ ਤੁਸੀਂ ਪਿੱਛੋਂ ਦੇ ਸਕਦੇ ਹੋ। ਪਰ ਪਹਿਲੀ ਵਾਰ ਤੁਸੀਂ ਜੇ ਰੋਕੋ ਤਾਂ ਪਹਿਲੀ ਵਾਰ ਤੁਹਾਨੂੰ ਰੋਕਣਾ ਚਾਹੀਦਾ ਲੈਂਡਿੰਗ ਗੇਅਰ ਦੇ ਬਰਾਬਰ, ਤਾਂ ਕਿ ਤੁਸੀਂ ਸੇਫ ਰਹੋ। ਤਾਂ ਹੁਣ ਮੈਂ ਜਿੰਨੀਆਂ ਗੱਲਾਂ ਦੱਸੀਆਂ ਨੇ ਮੈਂ ਥੋੜ੍ਹਾ ਕੁਇਕ ਆਪਾਂ ਰਿਵਿਊ ਕਰਦੇ ਹਾਂ। ਪਹਿਲੀ ਗੱਲ ਆ ਵੀਰੇ 5 ਫੁੱਟ ਕੋਣ ਤੋਂ ਪਹਿਲੀ ਤੋਂ, ਦੂਜੀ ਗੱਲ ਹੈਗੀ ਆ 90 ਉਹ ਕਿੱਦਾਂ ਚੈੱਕ ਕਰਨਾ, ਮੈਂ ਆਲਰੇਡੀ ਪਹਿਲਾਂ ਦੱਸ ਚੁੱਕਿਆ, ਫਿਰ ਲੈਫਟ ਕਰਕੇ ਆਉਣਾ, ਟਾਇਰ ਚੱਲੇ ਫਿਰ ਇੱਕ 1.5 ਫੁੱਟ ਦਾ ਬਣਾ ਦੇਣਾ, ਫਿਰ ਲੈਫਟ ਕਰਕੇ ਆਉਣਾ, ਜੇ ਫਿਰ ਟਾਇਰ ਚੱਲੇ ਫਿਰ ਥੱਲੇ ਆਉਣਾ, ਫਿਰ ਪਿੱਛੋਂ ਟੇਲ ਦੇਖਣੀ ਆ ਸੱਜੇ ਪਾਸਿਓਂ ਵੀ ਉਹ ਠੀਕ ਆ ਕਿ ਨਹੀਂ, ਜੇ ਉਹ ਸਾਹਮਣੇ ਆ ਕੋਨ ਦੇ ਜਾਂ ਥੋੜ੍ਹਾ ਬਾਹਰ ਆ ਟ੍ਰੇਲਰ, ਤਾਂ 1.5 ਫੁੱਟ ਦਾ ਦੇ ਕੇ ਫਿਰ ਲੈਫਟ ਕਰਕੇ ਆਉਣਾ, ਟ੍ਰੇਲਰ ਅੰਦਰ ਆਜੂਗਾ, ਬਾਅਦ 'ਚੋਂ ਤਾਂ ਫਿਰ ਸਟ੍ਰੇਟ ਬੈਕ ਹੀ ਰਹਿ ਜਾਂਦੀ ਆ। ਅਤੇ ਬਾਕੀ ਜੇ ਵੀਰੇ ਕੋਈ ਕੁਐਸਚਨ ਹੋਇਆ ਤੁਸੀਂ ਇਹ ਪੇਜ 'ਤੇ ਆਪਣਾ ਕੀ ਕਹਿੰਦੇ ਆ ਮੈਸੇਜ ਕਰ ਸਕਦੇ ਹੋ ਅਤੇ ਪੁੱਛ ਸਕਦੇ ਹੋ ਨਾ। ਓਕੇ।